ਸੰਗਰੂਰ ਦੇ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਬਰਸੀ ਮੌਕੇ ਅਕਾਲੀ ਦਲ ਸੁਧਾਰ ਲਹਿਰ ਨੇ ਆਪਣਾ ਵੱਖਰਾ ਇਕੱਠ ਕੀਤਾ ਅਕਾਲੀ ਦਲ ਦੇ ਬਰਾਬਰ, ਜਾਂ ਇਸ ਨੂੰ ਕਹਿ ਲਈਏ ਕਿ ਅਕਾਲੀ ਦਲ ਦੇ ਸਾਹਮਣੇ ਅਕਾਲੀ ਦਲ ਸੁਧਾਰ ਲਹਿਰ ਦਾ ਇੱਕ ਸ਼ਕਤੀ ਪ੍ਰਦਰਸ਼ਨ ਮੰਨਿਆ ਜਾ ਸਕਦਾ। ਪਰਮਿੰਦਰ ਢੀਂਡਸਾ ਹੁਣ ਸਾਡੇ ਨਾਲ ਨੇ। ਢੀਂਡਸਾ ਸਾਹਿਬ, ਅੱਜ ਦਾ ਇਕੱਠ ਕੀ ਕੁਝ ਸੁਨੇਹੇ? ਬੇਸ਼ੱਕ ਮੌਕਾ ਬਰਸੀ ਦਾ ਸੀ, ਪਰ ਕੀ ਸੁਨੇਹਾ ਦੇਣ ਦੀ ਕੋਸ਼ਿਸ਼? ਦੇਖੋ, ਅੱਜ ਦੇ ਇਕੱਠ ਨੇ ਸਾਬਤ ਕਰਤਾ ਵੀ ਲੋਕ ਅਕਾਲੀ ਦਲ ਵਿੱਚ ਸੁਧਾਰ ਚਾਹੁੰਦੇ ਆ। ਲੋਕ ਅਕਾਲੀ ਦਲ ਬਾਦਲ ਦੀ ਕਾਨਫਰੰਸ 'ਤੇ ਜਾਣ ਦੀ ਬਜਾਏ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਕਾਨਫਰੰਸ 'ਚ ਉਹਨਾਂ ਨੇ ਹਿੱਸਾ ਲਿਆ, ਸੰਤਾਂ ਨੂੰ ਸ਼ਰਧਾ ਵੀ ਭੇਟ ਕੀਤੀ। ਅਤੇ ਮੈਂ ਸਮਝਦਾ ਇੱਕ ਬੜਾ ਕਲੀਅਰ ਲੋਕਾਂ ਨੇ ਮੈਸੇਜ ਦਿੱਤਾ ਵੀ ਅਸੀਂ ਜੋ ਸੰਤ ਸੋਚ ਸੀ ਸੰਤਾਂ ਦੀ, ਉਹ ਜਿਹਾ ਅਕਾਲੀ ਦਲ ਚਾਹੁੰਦੇ ਹਾਂ। ਉਹਦੇ ਵਾਸਤੇ ਅਕਾਲੀ ਦਲ ਨੂੰ ਸੁਧਾਰ ਕਰਨ ਦੀ ਲੋੜ ਹੈ, ਅਤੇ ਜਿਹੜੀ ਸੁਧਾਰ ਲਹਿਰ ਅਸੀਂ ਤੋਰੀ ਹੈ ਉਹ ਉਸੇ ਵੱਲ ਮਕਸਦ ਨੂੰ ਲੈ ਕੇ ਅਸੀਂ ਚੱਲੇ ਹਾਂ। ਅਕਾਲੀ ਦਲ ਦੀ ਮੁੜ ਸੁਰਜੀਤੀ ਤਾਂ ਹੀ ਹੋਊਗੀ ਜੇ ਅਸੀਂ ਸਿਧਾਂਤਾਂ 'ਤੇ ਆਵਾਂਗੇ, ਉਸ ਵਿਚਾਰਧਾਰਾ 'ਤੇ ਚੱਲਾਂਗੇ ਅਤੇ ਪਹਿਰਾ ਦੇਵਾਂਗੇ ਉਸ ਚੀਜ਼। ਅਕਾਲੀ ਦਲ ਦੀ ਸੁਧਾਰ ਲਹਿਰ ਦਾ ਮੁੱਖ ਇੱਕ ਸਿੱਧਾ ਸੁਨੇਹਾ ਤਾਂ ਇਹ ਕਹੀਏ ਕਿ ਤੁਸੀਂ ਵਾਰ ਵਾਰ ਮੰਚ ਤੋਂ ਵੀ ਦੁਹਰਾਇਆ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਪਾਸੇ ਹੋ ਜਾਣ, ਲਾਂਭੇ ਹੋ ਜਾਣ। ਉਹ ਸੁਨੇਹਾ ਤੁਹਾਨੂੰ ਲੱਗਦਾ ਕਿ ਜਿਹੜਾ ਸੁਨੇਹਾ ਤੁਸੀਂ ਦੇਣਾ ਚਾਹੁੰਦੇ ਹੋ ਜਾਂ ਲਗਾਤਾਰ ਖੁੱਲ੍ਹ ਕੇ ਦਿੰਦੇ ਆ ਰਹੇ ਹੋ, ਅੱਜ ਦੇ ਇਸ ਇਕੱਠ ਰਾਹੀਂ ਕੀ ਤੁਸੀਂ ਸੁਖਬੀਰ ਸਿੰਘ ਬਾਦਲ ਤੱਕ ਉਹ ਸੁਨੇਹਾ ਪਹੁੰਚਾਉਣ 'ਚ ਤੁਹਾਨੂੰ ਲੱਗਦਾ ਕਿ ਕਾਮਯਾਬ ਹੋਏ? ਔਰ ਜੇ ਹੋਏ ਤਾਂ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਇਸ ਨੂੰ ਵੇਖਦੇ ਕੋਈ ਫੈਸਲਾ ਲੈ ਸਕਦੇ ਨੇ? ਦੇਖੋ, ਸੁਨੇਹਾ ਸਾਡਾ ਨਹੀਂ ਹੈ, ਇਹ ਸੁਨੇਹਾ ਹੈ ਅਕਾਲੀ ਦਲ ਦੇ ਵਰਕਰਾਂ ਦਾ, ਪੰਜਾਬ ਦੇ ਲੋਕਾਂ ਦਾ। ਸਾਨੂੰ, ਅਸੀਂ ਤਾਂ ਉਹਨਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰ ਰਹੇ ਹਾਂ। ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿਹੜਾ ਅਕਾਲੀ ਦਲ ਦਾ ਦਰਦ ਰੱਖਣ ਵਾਲਾ ਕੋਈ ਵਿਅਕਤੀ ਬੈਠਾ ਹੈ, ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਬੈਠੇ ਆ, ਸਾਰਿਆਂ ਦੇ ਜ਼ਬਾਨ 'ਤੇ ਇੱਕੋ ਹੀ ਗੱਲ ਸੀ ਵੀ ਅਕਾਲੀ ਦਲ ਬਚ ਸਕਦਾ, ਅਕਾਲੀ ਦਲ ਖੜਾ ਹੋ ਸਕਦਾ ਜੇ ਸੁਖਬੀਰ ਸਿੰਘ ਬਾਦਲ ਪਾਸੇ ਹਟ ਜਾਣ। ਇਹੀ ਕੁਛ ਝੁੰਦਾ ਰਿਪੋਰਟ ਨੇ ਕਿਹਾ, ਇਹੀ ਕੁਛ ਸਾਡੇ ਵਰਕਰਾਂ ਦੀ ਭਾਵਨਾ ਹੈ। ਅਸੀਂ ਤਾਂ ਉਹਦੀ ਤਰਜਮਾਨੀ ਕਰ ਰਹੇ ਹਾਂ, ਉਹ ਗੱਲ ਕਹਿ ਰਹੇ ਹਾਂ ਵੀ ਆਹ ਲੋਕ ਚਾਹੁੰਦੇ ਨੇ, ਤੁਸੀਂ ਪਾਸੇ ਹਟ ਜਾਓ, ਅਕਾਲੀ ਦਲ ਨੂੰ ਬਚਾ ਲਓ, ਨਹੀਂ ਇਹ ਸਾਡੀ ਪਾਰਟੀ ਜਿਹੜੀ ਬੜੀਆਂ ਕੁਰਬਾਨੀਆਂ ਤੋਂ ਬਾਅਦ, ਬੜੀਆਂ ਸ਼ਹਾਦਤਾਂ ਤੋਂ ਬਾਅਦ ਬਣੀ ਹੈ, ਇਹਦਾ ਤੁਸੀਂ ਮਲੀਆ ਮੇਟ ਨਾ ਕਰੋ। ਪਾਰਲੀਮੈਂਟ ਚੋਣਾਂ ਦੇ ਵਿੱਚ ਕਿਤੇ ਕਿਤੇ ਇੱਕ ਵੱਖਰਾ ਸਮੀਕਰਨ ਸਾਹਮਣੇ ਆਇਆ ਸੀ ਫਰੀਦਕੋਟ ਅਤੇ ਖਡੂਰ ਸਾਹਿਬ ਦੀ ਚੋਣ ਨੂੰ ਲੈ ਕੇ, ਅੰਮ੍ਰਿਤਪਾਲ ਸਿੰਘ ਖਾਲਸਾ ਔਰ ਸਰਬਜੀਤ ਸਿੰਘ ਖਾਲਸਾ ਦੋਨੇ MP ਬਣ ਕੇ। ਅਕਾਲੀ ਦਲ ਖੁੱਲ੍ਹ ਕੇ ਉਹਨਾਂ ਦੇ ਖਿਲਾਫ਼ ਪ੍ਰਚਾਰ ਕਰਦਾ ਰਿਹਾ, ਖੁੱਲ੍ਹ ਕੇ ਉਹਦੇ ਖਿਲਾਫ਼ ਬੋਲਦਾ ਰਿਹਾ, ਪਰ ਹੁਣ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਬੇਸ਼ੱਕ ਸਿੱਧਾ ਨਾਮ ਨਾ ਲਿਆ ਹੋਵੇ, ਪਰ ਜਦੋਂ ਇਕੱਠ ਕੀਤਾ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਗਰੁੱਪ ਨੇ, ਤਾਂ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੀ ਤੁਲਨਾ ਹਮਾਸ ਨਾਲ ਕਰਤੀ। ਉਹ ਕਹਿੰਦੇ ਕਿ ਪਹਿਲਾਂ ਹਮਾਸ ਨੇ ਵੱਡੇ ਵੱਡੇ ਦਾਅਵੇ ਕਰਕੇ ਵੱਡੇ ਵੱਡੇ ਲੋਕਾਂ ਨੂੰ ਲਾਰੇ ਜਿਹੜੇ ਆ ਵਿਖਾ ਕੇ ਅਤੇ ਉੱਥੋਂ ਬਰਬਾਦ ਕਰਤਾ ਲੋਕਾਂ ਨੂੰ, ਉਹ ਕਹਿੰਦੇ ਨੇ ਕਿ ਉਸ ਟਰੈਕ 'ਤੇ ਜਾ ਰਹੇ। ਦੇਖੋ, ਸੁਖਬੀਰ ਸਿੰਘ ਬਾਦਲ ਜੀ ਦਾ ਤਾਂ ਆਹ ਹਾਲ ਹੈ, ਵਕਤੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ। ਹੁਣ ਸਮਾਂ ਲੰਘ ਗਿਆ, ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ, ਕਦੇ ਕਿਸੇ ਦੇ ਦੋਸ਼। ਲੋਕਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਇਆ, ਸਰਬਜੀਤ ਸਿੰਘ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਇਆ। ਸਾਨੂੰ ਜੇ ਅਸੀਂ ਅਸਲ ਤਾਂ ਸਿਆਸੀ ਲੋਕ ਤਾਂ ਹੈ ਅਸੀਂ, ਜੇ ਲੋਕਾਂ ਦੀ ਭਾਵਨਾ ਦੀ, ਲੋਕਾਂ ਦੇ ਫਤਵੇ ਦੀ ਕਦਰ ਕਰੀਏ। ਜੇ ਅਸੀਂ ਲੋਕਾਂ ਦੇ ਕੀਤੇ ਫਤਵੇ ਨੂੰ ਵੀ ਦਰਕਾਰ ਰਹੇ ਹਾਂ, ਤਾਂ ਫਿਰ ਸਾਨੂੰ, ਮੈਂ ਸਮਝਦਾ, ਐਸੀ ਮਹਾਨ ਪਾਰਟੀ ਦੀ ਅਗਵਾਈ ਕਰਨ ਦਾ ਹੱਕ ਹੀ ਨਹੀਂ। ਉਹ ਲੋਕਾਂ ਨੇ, ਅਕਾਲੀ ਦਲ ਪੰਥਕ ਲੋਕਾਂ ਨੇ ਹੀ ਇਹਨਾਂ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਨੂੰ ਵੋਟਾਂ ਪਾਈਆਂ, ਨਾ ਕਿ ਕਾਂਗਰਸੀਆਂ ਨੇ, ਆਮ ਆਦਮੀ ਪਾਰਟੀ ਨੇ, ਨਹੀਂ, ਇਹ ਅਕਾਲੀ ਦਲ ਦੀ ਵੋਟ ਸੀ ਜਿਹੜੀ ਉਹਨਾਂ ਨੂੰ ਪਈ ਹੈ। ਸੋ ਜਿਹੜੇ ਲੋਕ ਉਸ ਪੰਥਕ ਵਿਚਾਰਧਾਰਾ, ਪੰਥਕ ਭਾਵਨਾ ਨਾਲ ਜੁੜੇ ਹੋਏ ਨੇ, ਅੱਜ ਉਹਨਾਂ ਦੇ ਨਾਲ ਜਾ ਕੇ ਖੜੇ ਨੇ। ਕਿਉਂ ਖੜੇ? ਕਿਉਂਕਿ ਸਾਡੇ ਵਿੱਚ ਕਮਜ਼ੋਰੀਆਂ ਸੀ, ਸਾਡੇ ਵਿੱਚ ਕਮੀਆਂ ਸੀ ਜਿਹੜੀਆਂ ਲੋਕਾਂ ਨੇ ਦੇਖਣੀਆਂ, ਪਰ ਅਸੀਂ ਅੱਜ ਵੀ ਨਹੀਂ ਸਮਝ ਰਹੇ ਵੀ ਲੋਕ ਕੀ ਚਾਹੁੰਦੇ ਨੇ। ਅਸੀਂ ਅੱਜ ਵੀ ਕੁਰਸੀ ਨਾਲ ਚਿੰਬੜੇ ਬੈਠੇ ਹਾਂ।
ਅਕਾਲੀ ਦਲ ਨੂੰ ਬਚਾਉਣ ਦਾ ਸਾਡਾ ਕੋਈ ਧਿਆਨ ਨਹੀਂ, ਸਾਡਾ ਇਹਗਾ ਵੀ ਅਸੀਂ ਕਿਵੇਂ ਆਪਦੇ ਆਪ ਨੂੰ ਆਪਣੀ ਹੋਂਦ ਨੂੰ ਕਿਵੇਂ ਬਚਾਈਏ। ਸੋ ਤਾਂ ਹੀ ਜਿਹੜਾ ਹੈ ਪੰਜਾਬ ਦੇ ਲੋਕ ਬੜੇ ਸਿਆਣੇ ਨੇ, ਸਿਆਸੀ ਤੌਰ 'ਤੇ ਬੜੇ ਸਮਝਦਾਰ ਨੇ, ਪੰਥਕ ਤੌਰ 'ਤੇ ਬੜੇ ਪਰਪੱਕ ਨੇ, ਅਤੇ ਉਹ ਜਿਹੜੀ ਐਸੀ ਜਿਹੜੀ ਰਾਜਨੀਤੀ ਅਤੇ ਐਸੀ ਸੋਚ ਨੂੰ ਜਿਹੜੀ ਸਰਦਾਰ ਸੁਖਬੀਰ ਸਿੰਘ ਲੈ ਕੇ ਚੱਲੇ ਨੇ, ਉਹਨਾਂ ਨੂੰ ਕਦੇ ਲੋਕਾਂ ਨੇ ਪ੍ਰਵਾਨ ਨਹੀਂ ਕਰਨੀ। ਜੀ, ਸਿੱਖ ਹਮੇਸ਼ਾ ਵੱਖਰੀ ਪਹਿਚਾਣ ਰੱਖਦੇ ਨੇ, ਸਿੱਖ ਆਪਦੀ ਸੇਵਾ ਭਾਵ ਜਾਂ ਲੰਗਰ ਲਾਉਣ ਨੂੰ ਲੈ ਕੇ ਜਾਂ ਕਿਤੇ ਮਾੜਾ ਸਮਾਂ ਆ ਗਿਆ ਉੱਥੇ ਦੁਨੀਆਂ ਭਰ ਦੇ ਵਿੱਚ ਅਸੀਂ ਦੇਖਿਆ ਕਿ ਕੋਈ ਤ੍ਰਾਸਦੀ ਤਾਂ ਉੱਥੇ ਸਿੱਖ ਪਹੁੰਚ ਗਏ। ਪਰ ਹੁਣ ਇੱਕ ਐਮਰਜੈਂਸੀ ਮੂਵੀ ਆ ਰਹੀ ਆ, ਕਹਿੰਦੇ ਨੇ ਕਿ ਐਮਰਜੈਂਸੀ ਦੇ ਵਿੱਚ ਸਿੱਖਾਂ ਦੀ ਛਵੀ ਨੂੰ ਗਲਤ ਤਰੀਕੇ ਪੇਸ਼ ਕੀਤਾ ਜਾ ਰਿਹਾ, ਛਵੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੋ ਰਹੀ ਆ, ਔਰ ਦੂਜੇ ਭਾਈਚਾਰੇ ਦੇ ਨਾਲ ਕਹਿੰਦੇ ਨੇ ਕਿ ਦਰਾਰ ਪੈਦਾ ਹੋ ਸਕਦੀ ਆ, ਇਸ ਤਰ੍ਹਾਂ ਦਾ ਖਦਸ਼ਾ ਜਤਾਇਆ ਜਾ ਰਿਹਾ। ਸਰਬਜੀਤ ਸਿੰਘ ਖਾਲਸਾ ਐਮ ਪੀ, ਉਹਨਾਂ ਨੇ ਵੀ ਸਵਾਲ ਖੜੇ ਕੀਤੇ ਨੇ, ਐਸ ਜੀ ਪੀ ਸੀ ਵੀ ਬੋਲ ਰਹੀ ਆ, ਬਾਕੀ ਵੀ ਸਿੱਖ ਜਥੇਬੰਦੀਆਂ ਬੋਲ ਰਹੀਆਂ ਨੇ। ਦੇਖੋ, ਮੈਂ ਮੂਵੀ ਦੇ ਬਾਰੇ ਮੈਨੂੰ ਹਜੇ ਪੂਰੀ ਜਾਣਕਾਰੀ ਨਹੀਂ, ਪਰ ਜੇ ਕੁਛ ਵੀ ਐਸੀ ਉਹਦੇ ਵਿੱਚ ਯਤਨ ਕੀਤਾ ਗਿਆ, ਮੈਂ ਸਮਝਦਾ ਸਰਕਾਰ ਨੂੰ ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਸ ਮੂਵੀ ਨੂੰ ਬੈਨ ਕਰਨਾ ਚਾਹੀਦਾ। ਜੇ ਉਹ ਨਹੀਂ ਬੈਨ ਕਰਦੇ ਤਾਂ ਉਸਦਾ ਮਤਲਬ ਵੀ ਉਹ ਐਸੇ ਸਮਾਜ ਨੂੰ ਪਾੜਨ ਵਾਲੀਆਂ ਜਿਹੜੇ ਅੰਸਰ ਨੇ ਜਾਂ ਜਿਹੜਾ ਨੁਕਸਾਨ ਕਰਨ ਵਾਲੇ ਨੇ, ਪਹਿਲਾਂ ਹੀ ਪੰਜਾਬ ਦਾ ਬਹੁਤ ਨੁਕਸਾਨ ਹੋਇਆ। ਸਿੱਖਾਂ ਦੀਆਂ ਜੋ ਕੁਰਬਾਨੀਆਂ ਨੇ, ਜੋ ਸਿੱਖ ਕੌਮ ਦੀ ਦੇਣ ਹੈ ਦੇਸ਼ ਵਾਸਤੇ, ਉਹ ਕੋਈ ਵੀ ਹੋਰ ਕੌਮ, ਕੋਈ ਹੋਰ ਸੂਬਾ ਉਹਦਾ ਦਸਵੇਂ ਹਿੱਸੇ ਦਾ ਵੀ ਮੁਕਾਬਲਾ ਨਹੀਂ ਕਰ ਸਕਦੇ। ਜੇ ਤੁਸੀਂ ਐਸੀ ਕੌਮ ਨੂੰ ਵੀ ਜੇ ਤੁਸੀਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਇਹਦਾ ਖਮਿਆਜਾ ਹਮੇਸ਼ਾ ਬਹੁਤ ਮਾੜਾ ਹੋਇਆ। ਕੇਂਦਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਇਹ ਸੋਚਣਾ ਚਾਹੀਦਾ, ਅਤੇ ਇਹੀ ਜੀ ਕੋਈ ਜੇ ਮੂਵੀ ਬਣੀ ਹੈ ਉਹਨੂੰ ਇਮੀਡੀਏਟਲੀ ਬੈਨ ਕਰਨਾ ਚਾਹੀਦਾ। ਤਾਂ ਪਰਮਿੰਦਰ ਸਿੰਘ ਢੀਂਡਸਾਉਣੀ ਹਰ ਮਸਲੇ 'ਤੇ ਬੜਾ ਖੁੱਲ੍ਹ ਕੇ ਉਹਨਾਂ ਨੇ ਬਿਆਨ ਦਿੱਤਾ, ਚਾਹੇ ਉਹ ਅਕਾਲੀ ਦਲ ਦੇ ਨਾਲ ਚੱਲ ਰਹੇ ਵਾਦ ਵਿਵਾਦ ਦੀ ਗੱਲ ਹੋਵੇ, ਚਾਹੇ ਉਹ ਸੁਖਬੀਰ ਸਿੰਘ ਬਾਦਲ ਦੇ ਅੰਮ੍ਰਿਤਪਾਲ ਸਿੰਘ ਖਾਲਸਾ ਹੋਰਾਂ ਦੇ ਧੜੇ 'ਤੇ ਕੀਤਾ ਹਮਲਾ ਹੋਵੇ, ਅਤੇ ਜਾਂ ਫਿਰ ਐਮਰਜੈਂਸੀ ਮੂਵੀ ਦੇ ਵਿੱਚ ਸਿੱਖਾਂ ਦੀ ਛਵੀ ਨੂੰ ਵਿਗਾੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਹੋਵੇ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਲੌਂਗੋਵਾਲ, ਸੰਗਰੂਰ।